ਕੱਲ੍ਹ ਨੂੰ ਸ਼ਾਮ ਦੇ ਟਾਈਮ ਲਗਭਗ 6:30 ਦੇ ਕਰੀਬ ਮੈਂ ਥਾਣੇ ਹਾਜ਼ਰ ਸੀ ਅਤੇ ਇਨਫੋਰਮੇਸ਼ਨ 112 ਕੰਪਲੇਂਟ ਦੇ ਸੰਬੰਧ ਵਿੱਚ ਆਪਾਂ ਨੂੰ ਕੰਪਲੇਂਟ ਆਈ ਸੀਗੀ ਕਿ ਆਪਣੇ ਵਾਰਡ ਨੰਬਰ 10 ਵਿੱਚ ਇੱਕ ਲੇਡੀ ਜਾ ਰਹੀ ਸੀ, ਕੰਮ ਤੋਂ ਆ ਰਹੀ ਸੀ ਅਤੇ ਉਹਦੀਆਂ ਵਾਲੀਆਂ ਕੰਨਾਂ 'ਚ ਪਹਿਨੀਆਂ ਹੋਈਆਂ ਸੀ ਸੋਨੇ ਦੀਆਂ, ਉਹ ਸਨੈਚ ਹੋ ਗਈਆਂ। ਉਹ ਦੋ ਨਾਮ ਬੰਦੇ ਜਿਹੜੇ ਆ ਮੋਟਰਸਾਈਕਲ ਸਵਾਰ ਸੀ, ਉਹ ਕੰਨਾਂ 'ਚੋਂ ਖਿੱਚ ਕੇ ਲੈ ਗਏ ਸੀ। ਅਤੇ ਫਿਰ ਮੈਂ ਤੁਰੰਤ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਵਾਲੀ ਜਗ੍ਹਾ 'ਤੇ ਪਹੁੰਚਿਆ ਅਤੇ ਗਲੀ ਵਿੱਚ ਲੱਗੇ ਹੋਏ ਸਾਰੇ CCTV ਫੁਟੇਜ ਜਿਹੜੇ ਆ ਅਸੀਂ ਆਪਣੀ ਪੁਲਿਸ ਪਾਰਟੀ ਦੀਆਂ ਟੀਮਾਂ ਤਿਆਰ ਕੀਤੀਆਂ ਅਤੇ ਤਕਰੀਬਨ ਗਲੀ ਵਿੱਚ ਸਾਨੂੰ ਬੜੀ ਮਦਦ ਮਿਲੀ, ਸਾਰੇ ਲੋਕਾਂ ਨੇ ਕੋਆਪਰੇਟ ਕੀਤਾ, 4-5 ਕੈਮਰੇ ਲੱਗੇ ਹੋਏ ਮਿਲੇ ਸੀ, ਉਹਨਾਂ ਨੂੰ ਅਸੀਂ ਭੰਗਾਲਿਆ ਅਤੇ ਜਿਹਦੇ ਵਿੱਚੋਂ ਸਾਨੂੰ ਉਹ ਸਨੈਚਰ ਜਿਹੜੇ ਮੁੰਡੇ ਸੀ ਦੋਨੋਂ ਉਹਨਾਂ ਦੀਆਂ ਫੋਟੋਆਂ ਮਿਲ ਗਈਆਂ ਸੀਗੀਆਂ, ਫੋਟੋਆਂ ਵੀਡੀਓ ਕਲਿੱਪ, ਔਰ ਕੋਸ਼ਿਸ਼ ਕੀਤੀ ਵੀ ਮੋਟਰਸਾਈਕਲ ਦਾ ਨੰਬਰ ਵੀ ਟਰੇਸ ਆਊਟ ਹੋਵੇ ਪਰ ਥੋੜ੍ਹਾ ਧੁੰਦਲਾ ਹੋਣ ਕਰਕੇ ਨਹੀਂ ਹੋ ਸਕਿਆ। ਫਿਰ ਅਸੀਂ ਉਹ ਫੋਟੋਆਂ ਜਿਹੜੀਆਂ ਅਸੀਂ ਪਿੱਕ ਕਰਕੇ ਉਸ ਤੋਂ ਬਾਅਦ ਅਸੀਂ ਪਾਇਲ ਦੇ ਕੁਛ ਜਿਹੜੇ ਮੇਰੇ ਜਾਣਕਾਰ ਬੰਦੇ ਸੀਗੇ ਉਹਨਾਂ ਨਾਲ ਅਸੀਂ ਸ਼ੇਅਰ ਕੀਤੀਆਂ, ਉਹਨਾਂ ਦੇ ਗਰੁੱਪਾਂ ਵਿੱਚ ਪਾਈਆਂ, ਤਾਂ ਉਹਦੇ ਵਿੱਚੋਂ ਸਾਨੂੰ ਫਿਰ ਥੋੜ੍ਹਾ ਮਦਦ ਮਿਲੀ। ਔਰ ਮਾਈ ਜਿਹੜੀ ਜਿਹਦੀ ਸਨੈਚਿੰਗ ਹੋਈ ਸੀ ਉਸ ਮੁੰਡਾ ਉਹਦਾ ਲੜਕਾ ਸੀ, ਉਹਨੇ ਵੀ ਉੱਥੋਂ ਜਾਂਦਿਆਂ ਉਹਨੂੰ ਦੇਖਿਆ ਸੀਗਾ ਭੱਜੇ ਜਾਂਦਿਆਂ। ਅਤੇ ਮੁੱਢਲੀ ਤਫਤੀਸ਼ ਦੌਰਾਨ ਸਿਰਫ ਇਹੀ ਗੱਲ ਸਾਹਮਣੇ ਆਈ ਸੀਗੀ ਕਿ ਇੱਕ ਲਖਵੀਰ ਸਿੰਘ ਉਰਫ ਗਰਚਾ ਨਾਂ ਦਾ ਲੜਕਾ ਹੈ ਜਿਹੜਾ ਮੋਟਰਸਾਈਕਲ ਬਾਈਕ ਚਲਾ ਰਿਹਾ ਸੀ, ਉਹਦੀ ਮਾਤਾ ਦੇ ਮੁੰਡੇ ਨੇ ਹੀ ਉਹਨੂੰ ਸ਼ਨਾਖਤ ਕਰ ਲਿਆ ਸੀਗਾ। ਅਤੇ ਫਿਰ ਉਸ ਤੋਂ ਬਾਅਦ ਉਹਨੂੰ ਉਹਦਾ ਵੀਡੀਓ ਕਲਿੱਪ ਕਲੀਅਰ ਦਿਖਾਈ ਗਈ ਅਤੇ ਉਹ ਬਿਲਕੁਲ ਕਲੀਅਰ ਹੋ ਗਿਆ ਕਿ ਇਹੋ ਹੀ ਲੜਕਾ। ਅਤੇ ਉਹਦੇ ਘਰ ਬਾਰੇ ਫਿਰ ਅਸੀਂ ਟਰੇਸ ਆਊਟ ਉਹਨੂੰ ਲਾ ਕੇ ਕਰਕੇ ਅਤੇ ਮੁੜ ਕੇ ਉਹਦੇ ਘਰ ਦਾ ਪਤਾ ਲੱਗਿਆ ਕਿ ਮਕਸੂਦਰਾ ਰੋਡ 'ਤੇ ਇਹ ਰਹਿ ਰਿਹਾ। ਅਸੀਂ ਘਰ ਡਰਾਈਵ ਕੀਤਾ, ਰੇਡ ਕੀਤਾ, ਇਮੀਡੀਏਟਲੀ ਜਿਹੜਾ ਸਾਨੂੰ ਪਤਾ ਲੱਗਾ ਕਿ ਇਹ ਬੰਦਾ ਵਾਰਦਾਤ ਕਰਨ ਤੋਂ ਬਾਅਦ ਇਹਦੇ ਘਰ ਨਹੀਂ ਆਇਆ ਅਤੇ ਫਿਰ ਇਹਦੇ ਪਰਿਵਾਰ ਨਾਲ ਸੰਪਰਕ ਕੀਤਾ। ਹੋਰ ਵੀ ਅਸੀਂ ਪੁੱਛ ਪੜਤਾਲ ਅਤੇ ਇਹ ਗੱਲ ਸਾਰੀ ਕਲੀਅਰ ਹੋ ਗਈ। ਦੂਸਰਾ ਬੰਦਾ ਵੀ ਨਾਲ ਕਲੀਅਰ ਹੋ ਗਿਆ ਸੀ, ਵੀ ਜਸਕੀਰਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਜਿਹੜਾ ਦੂਸਰਾ ਕੋਟਲੀ ਪਿੰਡ ਦਾ ਰਹਿਣ ਵਾਲਾ ਵਾਰੰਟੀ ਹੈ, ਜਿਹਦੇ ਖਿਲਾਫ਼ ਪਹਿਲਾਂ ਵੀ ਕੋਈ ਐਨਡੀ ਦਾ ਮੁਕੱਦਮਾ ਦਰਜ ਹੈਗਾ। ਅਤੇ ਇਹਨਾਂ ਨੂੰ ਫਿਰ ਅਸੀਂ ਇਹਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਮਾਈ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਅਤੇ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੀ ਸਖਤੀ ਨਾਲ ਭਾਲ ਕਰਕੇ ਇਹਨਾਂ ਨੂੰ ਅਸੀਂ ਰਾਤ ਹੀ ਗ੍ਰਿਫਤਾਰ ਕਰ ਲਿਆ ਸੀਗਾ। ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੀਆਂ ਇਹਨਾਂ ਨੇ ਵਾਲੀਆਂ ਸਨੈਚ ਕੀਤੀਆਂ ਸੀ ਮਾਤਾ ਦੀਆਂ, ਅਤੇ ਉਹ ਵਾਲੀਆਂ ਵੀ ਇਹਨਾਂ ਤੋਂ ਅਸੀਂ ਬਰਾਮਦ ਕਰ ਲਈਆਂ ਅਤੇ ਵਾਰਦਾਤ ਵਿੱਚ ਜਿਹੜਾ ਵਰਤਿਆ ਮੋਟਰਸਾਈਕਲ ਸੀ ਉਹ ਵੀ ਬਰਾਮਦ ਕਰ ਲਿਆ। ਜਿਹੜਾ ਮੇਨ ਮੈਟਰ ਆ, ਮੇਨ ਤਾਂ ਇਹ ਸਾਰੀ ਵਾਰਦਾਤ ਹੀ ਖਾਸ ਸੀਗੀ, ਬਿਲਕੁਲ ਸਾਡੇ ਲਈ ਤਾਂ ਇਹ ਬੜੀ ਅਚੰਭੇ ਵਾਲੀ ਗੱਲ ਸੀਗੀ ਕਿ ਬਜ਼ੁਰਗ ਨੇ ਇਸ ਤਰ੍ਹਾਂ ਦੀ ਹੈਪਨਿੰਗ ਹੋ ਗਈ। ਪਰ ਇਹ ਜਦੋਂ ਅਸੀਂ ਇਸ ਦੌਰਾਨੇ ਪੜਤਾਲ ਇਸ ਗੱਲ ਨੂੰ ਤੱਕ ਪਹੁੰਚੇ ਵੀ ਇਹ ਲਖਵੀਰ ਗਰਚਾ ਜਿਹੜਾ ਹੈ ਇਹ ਕਿਸ ਤਰ੍ਹਾਂ ਦੀ ਕੈਟਾਗਰੀ ਦਾ ਬੰਦਾ ਹੈਗਾ, ਇਸ ਨੂੰ ਮੰਗਾਲਿਆ ਗਿਆ। ਅਤੇ ਸਾਨੂੰ ਸਾਹਮਣੇ ਇਹ ਗੱਲ ਆਈ ਕਿ ਹਲੇ ਇੱਕ ਮਹੀਨਾ ਪਹਿਲਾਂ ਹੀ ਵਿਦੇਸ਼ ਕੈਨੇਡਾ ਤੋਂ ਵਾਪਸ ਆਇਆ, ਉਹ ਤਕਰੀਬਨ 7 ਇਹ ਬਾਹਰ ਲਾ ਕੇ ਆਇਆ ਇਹ। ਅਤੇ ਇਹ ਬੰਦਾ ਥੋੜ੍ਹਾ ਜਿਹਾ ਅਡਿਕਟਡ ਹੈਗਾ, ਨਸ਼ੇ ਨੁਸ਼ੇ ਲੈਣ ਦਾ ਆਦੀ ਹੈ, ਅਤੇ ਦੂਸਰੇ ਬੰਦਿਆਂ ਨੂੰ ਜਿਹੜਾ ਇਹਦਾ ਸਾਥੀ ਆ ਉਹ ਵੀ ਇਸੇ ਤਰ੍ਹਾਂ ਦਾ ਹੈਗਾ। ਅਤੇ ਇਸ ਕਰਕੇ ਬੜਾ ਹੀ ਅਜੀਬ ਜਿਹੀ ਗੱਲ ਸਾਹਮਣੇ ਆਈ ਹੈ ਕਿ ਬੱਚਾ ਜਿਹੜਾ ਉਹ ਕੈਨੇਡਾ ਤੋਂ ਆਇਆ ਹੋਇਆ ਅਤੇ ਇਸ ਤਰ੍ਹਾਂ ਦਾ ਜਿਹੜਾ ਉਹ ਉਹਨੇ ਘਟਨਾ ਨੂੰ ਅੰਜਾਮ ਦਿੱਤਾ, ਬਹੁਤ ਹੀ ਜਿਹੜੀ ਵਿਲੱਖਣ ਜਿਹੀ ਗੱਲ ਲੱਗ ਰਹੀ ਸੀਗੀ। ਅਤੇ ਤਾਂ ਇਸ ਬਹੁਤ ਹੀ ਜ਼ਿਆਦਾ ਅਸੀਂ ਡੀਪਲੀ ਜਾਂਦੇ ਹੋਏ ਇਹ ਵਾਰਦਾਤ ਨੂੰ ਅਸੀਂ ਲਗਭਗ 2-3 ਘੰਟਿਆਂ 'ਚ ਅਸੀਂ ਟਰੇਸ ਕਰ ਲਿਆ ਸੀ। ਇੱਕ ਸਰ ਇਹ ਜਿਹੜੀ ਦੱਸਣ 'ਚ ਆਉਂਦਾ ਤੁਹਾਡੇ ਵੀ ਇਹ ਕੈਨੇਡਾ ਤੋਂ ਆਇਆ, ਕੈਨੇਡਾ ਤੋਂ ਆ ਕੇ ਵਾਰਦਾਤ ਕੀਤੀ, ਇਹ ਤੁਹਾਡੇ ਥੋੜ੍ਹਾ ਅਚੰਭਾ ਜਿਹਾ ਲੱਗਦਾ, ਕੀ ਇਹਦਾ ਵਿਸ਼ੇ 'ਤੇ ਆ? ਵਾਰਦਾਤ ਤੋਂ ਬਾਅਦ ਇਹਦਾ ਨਾਂ ਸਾਹਮਣੇ ਆਇਆ ਅਤੇ ਅਸੀਂ ਪੁੱਛ ਪੜਤਾਲ ਕੀਤੀ ਹੈ, ਕੁਛ ਜਿਹੜੇ ਬੰਦੇ ਜਾਣਕਾਰ ਸੀ ਉਹਨਾਂ ਨੇ ਵੀ ਇਸ ਚੀਜ਼ ਬਾਰੇ
ਬੜਾ ਮਤਲਬ ਗੰਭੀਰਤਾ ਨਾਲ ਲਿਆ ਕਿ ਲੜਕਾ ਹੁਣੇ ਇਹ 7 ਸਾਲ ਬਾਅਦ ਕੈਨੇਡਾ ਤੋਂ ਆਇਆ ਵੀ ਇਸ ਤਰ੍ਹਾਂ ਦਾ ਕੋਈ ਵਾਰਦਾਤ ਨਹੀਂ ਕਰ ਸਕਦਾ। ਲੇਕਿਨ ਸੀ ਸੀ ਟੀ ਵੀ ਫੁਟੇਜ ਨੂੰ ਦੇਖਣ ਤੋਂ ਬਾਅਦ ਔਰ ਇਸ ਬੱਚੇ ਮਿਲਣ ਤੋਂ ਬਾਅਦ ਜਦੋਂ ਅਸੀਂ ਇਹਨੂੰ ਇਹ ਵਾਰਦਾਤ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਅਤੇ ਇਹ ਗੱਲਾਂ ਬਿਲਕੁਲ ਸਪੱਸ਼ਟ ਹੋ ਗਈਆਂ ਕਿ ਇਹਦੇ ਵਜੋਂ ਹੀ ਵਾਰਦਾਤ ਕੀਤੀ ਗਈ ਆ ਅਤੇ ਇਹਦੇ ਕੋਲ ਹੀ ਅਸੀਂ ਜਿਹੜਾ ਚੋਰੀ ਹੋ ਗਈ ਸਨੈਚ ਕੀਤੀਆਂ ਗਈਆਂ ਬਾਲੀਆਂ ਉਹ ਬਰਾਮਦ ਕੀਤੀਆਂ ਅਤੇ ਹੋਰ ਵੀ ਇਹਦਾ ਰਿਮਾਂਡ ਵੀ ਲੈ ਕੇ ਅੱਗੇ ਪੁੱਛ ਕੇ ਸੋਰੀ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਅਤੇ ਹੋਰ ਵੀ ਅਸੀਂ ਇਹਨਾਂ ਤੋਂ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਕੋਈ ਹੋਰ ਵਾਰਦਾਤ ਜਾਂ ਕੋਈ ਹੋਰ ਏਰੀਆ ਵਿੱਚ ਇੱਦਾਂ ਦੀਆਂ ਘਟਨਾਵਾਂ ਨਾ ਕੀਤੀਆਂ ਹੋਣ। ਅੱਗੇ ਕੋਈ ਇਹਦੀ ਬੈਕਗਰਾਊਂਡ ਹੈਗੀ ਆ ਕੋਈ ਇੱਦਾਂ ਦੀ ਜਿਹੜੀ ਕ੍ਰਿਮੀਨਲ ਟਾਈਪ ਆ ਜੀ? ਜਿਹੜਾ ਲਖਵੀਰ ਸਿੰਘ ਹੈਗਾ ਗਰਚਾ ਉਹਦੀ ਤਾਂ ਕੋਈ ਇਸ ਤਰ੍ਹਾਂ ਦੀ ਬੈਕਗਰਾਊਂਡ ਨਹੀਂ ਹੈਗੀ, ਬਟ ਜਿਹੜਾ ਦੂਸਰਾ ਦੋਸ਼ੀ ਇਹਦੇ ਨਾਲ ਹੈਗਾ ਜਸਕੀਰ ਸਿੰਘ ਉਹਦੇ ਖਿਲਾਫ਼ ਕੈਂਡੀ ਦਾ ਮਾਮਲਾ ਸੰਗਰੂਰ ਵਿੱਚ ਦਰਜ ਹੈਗਾ। ਸਰ ਨੌਜਵਾਨਾਂ ਵੱਲੋਂ ਜਦੋਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀ, ਇਹਨਾਂ ਦੇ ਮੂੰਹ ਢੱਕੇ ਹੋਏ ਸੀਗੇ ਜੀ? ਨਹੀਂ, ਮੂੰਹ ਇਹਨਾਂ ਨੰਗੇ ਸੀਗੇ, ਪਰ ਜਦੋਂ ਅਸੀਂ ਵਾਰਦਾਤ ਹੋਣ ਤੋਂ ਬਾਅਦ ਗਲੀ ਵਿੱਚ ਪਹੁੰਚੇ ਹਾਂ, ਉੱਥੇ ਇਕੱਠੀਆਂ ਹੋਈਆਂ ਕੁਛ ਲੇਡੀਜ਼ ਨੇ ਸਾਨੂੰ ਦੱਸਿਆ ਕਿ ਇਹ ਲੜਕੀਆਂ ਨੂੰ ਮਤਲਬ 1-2 ਦਿਨ 4 ਦਿਨ ਤੋਂ ਪਹਿਲਾਂ ਤੋਂ ਅਸੀਂ ਵਾਚ ਕਰ ਰਹੀਆਂ, ਇਹ ਅਕਸਰ ਇਸ ਗਲੀ 'ਚ ਗੇੜਾ ਗੂੜਾ ਮਾਰਦੇ ਆ ਅਤੇ ਮੁੜ ਕੇ ਫਿਰ ਚਲੇ ਜਾਂਦੇ ਸੀਗੇ। ਇੱਥੋਂ ਇਹ ਸਾਫ਼ ਜ਼ਾਹਰ ਸੀਗੇ ਕਿਸ ਤਰ੍ਹਾਂ ਦੀ ਇਹ 3-4 ਦਿਨ ਤੋਂ ਰੱਖੀ ਕਰ ਰਹੇ ਸੀ। ਸਰ ਇੱਕ ਲਾਸਟ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਹਾਂ ਸਰ, ਬਹੁਤ ਇੱਕ ਇਹ ਵੀ ਅਚੰਬੇ ਵਾਲੀ ਗੱਲ ਲੱਗ ਰਹੀ ਹੈ, ਜਿਹੜਾ ਨੌਜਵਾਨ ਕੈਨੇਡਾ ਤੋਂ ਆਇਆ ਸਰ, ਸਰ ਆਪਣੇ ਸ਼ਹਿਰ ਦੇ ਵਿੱਚ ਹੀ ਉਹ ਵੀ ਬਿਨਾਂ ਮੂੰਹ ਢੱਕ ਕੇ ਵਾਰਦਾਤ ਨੂੰ ਕਿਵੇਂ ਅੰਜਾਮ ਹੋਏ ਸਨ, ਇਹ ਥੋੜ੍ਹੀ ਜਿਹੀ ਹੈਰਾਨੀਜਨਕ ਹੈ ਜੀ ਗੱਲ। ਪਰ ਸਾਹਮਣੇ ਆਏ ਤੱਥਾਂ ਤਾਂ ਇਹ ਆ ਵੀ ਥੋੜ੍ਹਾ ਬੰਦਾ ਅਬਿਊਜ਼ ਐਡਿਕਟਡ ਹੈਗਾ ਇਹ, ਸੋ ਉਹਦੇ ਉਸੀ ਦੀ ਤੋੜ ਕਰਕੇ ਕੰਮ ਕੋਈ ਨਹੀਂ ਕਰ ਰਿਹਾ ਅਤੇ ਇਹਦੇ ਪਰਿਵਾਰ ਵੱਲੋਂ ਵੀ ਇਹਨੂੰ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਹੈਲਪ ਨਹੀਂ ਹੈਗੀ, ਇਹ ਤੋਂ ਸਾਡੇ ਪਰਿਵਾਰ ਵਾਲੇ ਵੀ ਥੋੜ੍ਹੇ ਪਰੇਸ਼ਾਨ। ਧੰਨਵਾਦ ਸਰ।